ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਅਕਾਲ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਜਿਸ ਤਰ੍ਹਾਂ ਕਿ ਆਪ ਜੀ ਜਾਣਦੇ ਹੋ ਕਿ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਵਿਦੇਸ਼ਾਂ ਦੇ ਵਿੱਚ ਸਰਗਰਮੀਆਂ ਚੱਲ ਰਹੀਆਂ ਨੇ ਅਤੇ ਸਾਰੀ ਸੰਗਤਾਂ ਨੂੰ ਮਨਾਉਣ ਵਾਸਤੇ ਵੱਡੇ ਵੱਡੇ ਨਿਵੇਕਲੇ ਉਪਰਾਲੇ ਵੀ ਕਰ ਰਹੀਆਂ ਨੇ। ਉਸੇ ਤਰਜ਼ ਤੇ ਹੀ ਗੁਰੂ ਨਾਨਕ ਪ੍ਰਕਾਸ਼ ਯਾਤਰਾ ਜੋ ਕਿ ਗੁਰਦੁਆਰਾ ਗੁਰੂ ਨਾਨਕ ਚੀਰਾ ਸਾਹਿਬ ਬਿਦਰ ਕਰਨਾਟਕਾ ਤੋਂ ਚੱਲ ਕੇ ਤਕਰੀਬਨ 3 ਤੋਂ 4 ਮਹੀਨੇ ਦਾ ਪੈਂਡਾ ਪੂਰੇ ਭਾਰਤ ਦਾ ਕੱਢਦੀ ਹੋਈ ਬਿਦਰ ਪਹੁੰਚੇਗੀ ਔਰ ਇਹ ਯਾਤਰਾ 2 ਜੂਨ ਨੂੰ ਸ਼ੁਰੂ ਹੋ ਚੁੱਕੀ ਹੈਗੀ ਹੈ। ਗੁਰਦੁਆਰਾ ਨਾਨਕ ਚੀਰਾ ਸਾਹਿਬ ਬਿਦਰ ਤੋਂ ਕਰਨਾਟਕ ਤੋਂ ਹੋਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਦੇ ਹੋਏ ਇਸ ਸਮੇਂ ਮਹਾਰਾਸ਼ਟਰ ਦੀ ਫੇਰੀ ਤੇ ਹੈਗੀ ਔਰ ਪੂਰੇ ਪੰਜਾਬ ਤੱਕ ਹੋਰ ਬਿਹਾਰ, ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਸਾਰੀ ਯਾਨੀ ਕਿ ਥਾਵਾਂ ਪੂਰੇ ਭਾਰਤ ਦੇ ਵਿੱਚ ਫੇਰੀ ਲਗਾਉਂਦੇ ਹੋਏ ਜਿਹੜੀ ਹੈਗੀ ਹੈ ਨਗਰ ਕੀਰਤਨ ਦੇ ਰੂਪ ਦੇ ਵਿੱਚ ਯਾਤਰਾ ਜਿਹੜੀ ਹੈਗੀ ਆ ਪਹੁੰਚੇਗੀ ਤਕਰੀਬਨ 4 ਮਹੀਨੇ ਬਾਅਦ ਸਤੰਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਗੁਰਦੁਆਰਾ ਨਾਨਕ ਚੀਰਾ ਸਾਹਿਬ ਬਿਦਰ ਵਿਖੇ। ਤੇ ਇਸ ਯਾਤਰਾ ਦੇ ਵਿੱਚ ਜਿੱਥੇ ਬਾਬਾ ਸੰਤ ਬਾਬਾ ਨਰਿੰਦਰ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਸੰਤ ਬਾਬਾ ਕੁਲਵੰਤ ਸਿੰਘ ਜੀ ਜੋ ਕਿ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਜੋ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜੋ ਜਥੇਦਾਰ ਸਾਹਿਬਾਨ ਹਨ ਉਹ ਵੀ ਇਸ ਦੇ ਵਿੱਚ ਸ਼ਾਮਿਲ ਹੋਏ ਔਰ ਸਾਰੀ ਹੀ ਜੋ ਗੁਰਦੁਆਰਾ ਗੁਰੂ ਨਾਨਕ ਚੀਰਾ ਸਾਹਿਬ ਦਾ ਬੋਰਡ ਸਰਦਾਰ ਬਲਬੀਰ ਸਿੰਘ ਪ੍ਰਧਾਨ ਸਾਰੇ ਇਸ ਦੇ ਵਿੱਚ ਸਾਰੇ ਸ਼ਮੂਲੀਅਤ ਕਰਦੇ ਰਹੇ ਨੇ। ਆਓ ਇਸ ਯਾਤਰਾ ਦੇ ਦ੍ਰਿਸ਼ਾਂ ਦੇ ਨਾਲ ਤੁਹਾਨੂੰ ਜੋੜਦੇ ਹਾਂ। ਸਤੇ ਵੀਰ ਧਾਰੇ ਚਲੋ ਤੁਮ ਧਾਰੇ
ਜੀ ਸੰਗਤ ਜੀ ਜੋ ਇਸ ਟਾਈਮ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਦਵਿੰਦਰਪਾਲ ਸਿੰਘ ਚਾਵਲਾ ਸਾਹਿਬ ਜੋ ਕਿ ਐਡਮਿਨ ਆਫੀਸਰ ਨੇ ਤਖਤ ਸ੍ਰੀ ਹਜੂਰ ਸਾਹਿਬ ਜੀ ਬੋਰਡ ਦੇ ਉਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਜੋ ਕਿ 2-3 ਦਿਨਾਂ ਤੋਂ ਯਾਤਰਾ ਦੇ ਵਿੱਚ ਵੀ ਸੇਵਾਵਾਂ ਨਿਭਾ ਰਹੇ ਨੇ ਔਰ ਲਗਾਤਾਰ ਯਾਤਰਾ ਜਿਹੜਾ ਹੈਗਾ ਉਹਦੇ ਪ੍ਰਚਾਲਨ ਦੇ ਵਿੱਚ ਲੱਗੇ ਹੋਏ ਨੇ, ਸੰਚਾਲਨ 'ਚ ਲੱਗੇ ਹੋਏ ਨੇ। ਡੀਪੀ ਸਿੰਘ ਜੀ ਆਪ ਜੀ ਦਾ ਸਵਾਗਤ ਕਰਦੇ ਹਾਂ ਅਕਾਲ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੀਪੀ ਸਿੰਘ ਜੀ ਜਾਣਨਾ ਚਾਹਾਂਗੇ ਕੀ ਅਪਡੇਟ ਹੈਗੀ ਹੈ ਯਾਤਰਾ ਗੁਰੂ ਨਾਨਕ 550 ਸਾਲਾਂ ਜੋ ਪ੍ਰਕਾਸ਼ ਯਾਤਰਾ ਜੋ ਨਿਕਲੀ ਹੋਈ ਹੈ ਹਜੂਰ ਸਾਹਿਬ ਦੀ ਧਰਤੀ ਤੇ ਵੀ ਉਹ ਪਹੁੰਚੀ ਸੀਗੀ, ਕੀ ਕਹਿਣਾ ਚਾਹੋਗੇ ਜੀ? ਸਭ ਤੋਂ ਪਹਿਲਾਂ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬੜੀ ਖੁਸ਼ੀ ਦੀ ਗੱਲ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਗੁਰਪੁਰਬ 550 ਸਾਲਾਨਾ ਹੈ, ਉਹ ਨਾਨਕ ਪੀਰਾ ਜੋ ਗੁਰਦੁਆਰਾ ਹੈ, ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਸੋ ਪ੍ਰਾਪਤ ਅਸਥਾਨ ਹੈ, ਉੱਥੇ ਉੱਚ ਪੱਧਰ ਤੇ ਮਨਾਇਆ ਜਾਣਾ ਹੈ। ਅਕਾਲ ਪੁਰਖ ਦੀ ਕਿਰਪਾ ਨਾਲ ਇਸ ਦੇ ਸੰਦਰਭ ਵਿੱਚ ਜਿਸ ਤਰੀਕੇ ਨਾਲ ਗੁਰਤਾ ਗੱਦੀ ਦੇ ਵੇਲੇ ਤਖ਼ਤ ਸ੍ਰੀ ਸ੍ਰੀ ਹਜੂਰ ਸਾਹਿਬ 2008 ਲਈ ਇੱਕ ਯਾਤਰਾ ਸੀ, 15 ਨਵੰਬਰ 2007 ਲਈ ਸੀ, ਜਿਸ ਨੇ ਕਿ ਸਾਰੇ ਦੇਸ਼ ਦੀ ਵੱਡੇ ਵੱਡੇ ਸ਼ਹਿਰਾਂ ਦਾ ਭ੍ਰਮਣ ਕੀਤਾ ਸੀ, ਸੰਗਤਾਂ ਵਿੱਚ ਪ੍ਰਚਾਰ ਤੇ ਪ੍ਰਸਾਰ ਕੀਤਾ ਸੀ। ਉਸੇ ਤਰ੍ਹਾਂ ਦੇ ਉੱਤੇ ਨਾਨਕ ਪੀਰਾਂ ਦੀ ਕਮੇਟੀ ਨੇ ਵੀ ਉਪਰਾਲਾ ਕੀਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਸੰਦੇਸ਼ ਹੈ, ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਉਹਦਾ ਸੰਦੇਸ਼ ਜੋ ਹੈ ਸੰਗਤਾਂ ਤੱਕ ਪਹੁੰਚੇ। ਉਸੇ ਤਰ੍ਹਾਂ ਦੇ ਉੱਤੇ 2 ਜੂਨ ਨੂੰ ਇਹ ਯਾਤਰਾ ਗੁਰੂ ਨਾਨਕ ਸ਼ਬਦ ਪ੍ਰਕਾਸ਼ ਦਾ ਨਾਂ ਰੱਖਿਆ ਗਿਆ ਹੈ, ਇਹਨੂੰ ਆਰੰਭ ਕੀਤਾ ਗਿਆ ਜੀ। ਮਹਾਰਾਜ ਨੇ ਕਿਰਪਾ ਕੀਤੀ, ਇਹ ਸਵੇਰੇ 9 ਵਜੇ ਅਰਦਾਸਾ ਸੋਧ ਕੇ ਉੱਥੋਂ ਸਟਾਰਟ ਕੀਤੀ ਗਈ। ਦਾਸ ਵੀ ਉੱਥੇ ਹਾਜ਼ਰ ਸੀ ਤੇ ਸੰਗਤਾਂ ਨੇ ਬਹੁਤ ਹੀ ਇਕੱਠ ਨਾਲ ਜੈਕਾਰਿਆਂ ਦੀ ਗੂੰਜਾ ਨਾਲ ਪਾਲਕੀ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕੀਤਾ ਤੇ ਪੰਜ ਪਿਆਰਿਆਂ ਸਾਹਿਬ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਦੇ ਸ਼ੇਪ ਦੇ ਵਿੱਚ ਪੂਰਾ ਬਿਦਰ ਸ਼ਹਿਰ ਦੇ ਅੰਦਰ ਇਹ ਯਾਤਰਾ ਨੇ ਰੌਣ ਲਗਾਇਆ। ਰਾਤ ਨੂੰ 10 ਵਜੇ ਤਖ਼ਤ ਸਨ ਸ੍ਰੀ ਹਜੂਰ ਸਾਹਿਬ ਵਿਖੇ ਇਹ ਸੁਸ਼ੋਭਿਤ ਹੋਈ ਯਾਤਰਾ, ਜਿਹਦਾ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਿਕਾਰ ਕਰਨ ਲਈ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਸਾਹਿਬ ਨੇ ਇਹ ਯਾਤਰਾ ਨੂੰ ਉੱਥੋਂ ਰਿਸੀਵ ਕੀਤਾ ਗਏ ਨੰਬਰ 1 ਤੋਂ, ਤੇ ਮਹਾਰਾਜ ਜੀ ਦਾ ਜੋ ਪਾਵਨ ਸਰੂਪ ਹੈ ਉਹਨੂੰ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਅੰਦਰ ਸੁਬਹ ਮਾਇਨ ਕੀਤਾ ਤੇ ਕੱਲ ਸਵੇਰ ਨੂੰ 3 ਜੂਨ ਨੂੰ ਅੰਮ੍ਰਿਤ ਵੇਲੇ 7:30 ਵਜੇ ਜਦੋਂ ਹੁਕਮਨਾਮਾ ਹੁੰਦਾ ਹੈ, ਸੰਤ ਬਾਬਾ ਕੁਲਵੰਤ ਸਿੰਘ ਜੀ ਨੇ ਆਪਣੇ ਪੰਜ ਪਿਆਰਿਆਂ ਦਾ ਸਤਿਕਾਰ ਕਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਪਾਲਕੀ ਸਾਹਿਬ ਦੇ ਅੰਦਰ ਸੁਸ਼ੋਭਿਤ ਕੀਤਾ। ਜੈਕਾਰਿਆਂ ਦੀ ਗੁੰਜਾ ਨਾਲ ਇਸ ਨੂੰ ਰਵਾਨਗੀ ਕੀਤੀ। ਇਸ ਯਾਤਰਾ ਨੇ ਫਿਰ ਜੋ ਨਾਦੇੜ ਸ਼ਹਿਰ ਹਜੂਰ ਸਾਹਿਬ ਦੇ ਅੰਦਰ ਪੂਰਾ ਭ੍ਰਮਣ ਕੀਤਾ, ਪਰਿਕਰਮਾ ਕਰਦੇ ਹੋਏ ਤਖ਼ਤ ਸਨ ਸ੍ਰੀ ਹਜੂਰ ਸਾਹਿਬ ਦੀ ਲੰਗਰ ਸਾਹਿਬ ਗੁਰਦੁਆਰਾ ਵੱਲੋਂ, ਨਗੀਨਾ ਘਾਟ ਵੱਲੋਂ, ਬੋਲੀ ਸਾਹਿਬ ਵੱਲੋਂ, ਅਵਚਲ ਨਗਰ ਕਲੋਨੀ, ਇਹਦਾ ਪੂਰਾ ਰਾਉਂਡ ਲਗਾਉਂਦੇ ਹੋਏ 12 ਵਜੇ ਦੇ ਕਰੀਬ ਵਾਸ਼ਿਮ ਸ਼ਹਿਰ ਲਈ ਇਹਨਾਂ ਦੀ ਰਵਾਨਗੀ ਹੋਈ ਤੇ ਵਾਸ਼ਿਮ ਸ਼ਹਿਰ ਦੇ ਅੰਦਰ ਵੀ ਮਿਸਟਰ ਗੁਲਾਟੀ ਜੋ ਹਨ ਉਹਨਾਂ ਨੇ ਬੀੜਾ ਚੁੱਕਿਆ ਹੋਇਆ ਸੀ ਸੰਗਤਾਂ ਨੂੰ ਪ੍ਰੋਪਰਲੀ ਵੈਲਕਮ ਕਰਨ ਦਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਲਕੀ ਹੈ ਉਹਨੂੰ ਨਿੱਘਾ ਸਵਾਗਤ ਦੇਣ ਲਈ ਪੂਰਾ ਸਿੰਧੀ ਸਮਾਜ ਨੂੰ ਲੈ ਕੇ ਇੱਥੇ ਤਿਆਰ ਕਮਰ ਕਸੇ ਕੀਤੇ ਹੋਏ ਸਨ। ਇੱਥੇ ਕੋਈ ਸ਼ਾਮ ਨੂੰ 5 ਵਜੇ ਉਹ ਯਾਤਰਾ ਨੂੰ ਰਿਸੀਵ ਕੀਤਾ ਗਿਆ। ਰਸਤੇ ਵਿੱਚ 1/2 ਘੰਟੇ ਲਈ ਹਿੰਗੋਲੀ ਜੋ ਹੈ ਸ਼ਹਿਰ, ਉੱਥੇ ਖੁਰਾਨਾ ਟਰੈਵਲ ਵਾਲੇ ਹਨ, ਉਹਨਾਂ ਨੇ ਵੀ ਇਸ ਯਾਤਰਾ ਦਾ ਪੂਰਾ ਵੈਲਕਮ ਕੀਤਾ, ਵੱਧ ਚੜ ਕੇ ਸੇਵਾ ਕੀਤੀ ਤੇ ਰਾਤ ਨੂੰ ਇੱਥੇ ਆਪਣੇ ਅਕੋਲਾ ਸ਼ਹਿਰ ਦੇ ਅੰਦਰ ਪੂਰਾ ਭ੍ਰਮਣ ਕਰਦੇ ਹੋਏ ਇਸ ਯਾਤਰਾ ਨੇ ਲੰਗਰ ਜੋ ਹੈ ਉਹ ਗੁਰਦੁਆਰਾ ਸਾਹਿਬ ਵਾਸ਼ਿਮ ਦੇ ਅੰਦਰ ਛਕਿਆ ਤੇ ਰਾਤ ਨੂੰ 8:30 ਵਜੇ ਅਮਰਾਵਤੀ ਲਈ ਰਵਾਨਗੀ ਕੀਤੀ। ਠੀਕ ਹੈ ਜੀ, ਤਕਰੀਬਨ ਆਪ ਜੀ ਤੋਂ ਜਾਣਨਾ ਚਾਹਾਂਗੇ ਕਿੰਨੇ ਕੁ ਦਿਨ ਜਿਹੜੀ ਹੈਗੀ ਹੈ ਯਾਤਰਾ ਚੱਲੇਗੀ ਔਰ ਕਿੰਨੇ ਕੁ ਟਾਈਮ ਤੱਕ ਇਹਦਾ ਜਿਹੜਾ ਇਹਦਾ ਡਿਊਰੇਸ਼ਨ ਰਹੇਗੀ? ਇਹ ਸਤੰਬਰ ਐਂਟਰ ਤੱਕ ਪੂਰੇ ਸ਼ਹਿਰਾਂ ਦੇ ਭ੍ਰਮਣ ਕਰਦੀ ਹੋਈ ਇਹਦੀ ਸਮਾਪਤੀ ਜੋ ਹੈ ਨਾਨਕ ਪੀਰਾਂ ਵਿਖੇ ਹੋਏਗੀ। ਤਖ਼ਤ ਸਾਹਿਬ ਸ੍ਰੀ ਹਜੂਰ ਸਾਹਿਬ ਵੱਲੋਂ ਸਟਾਫ ਦੀ ਵੀ ਸੇਵਾਵਾਂ ਨਾਲ ਲੱਗੀਆਂ ਹੋਈਆਂ, ਹਰ ਤਰ੍ਹਾਂ ਦਾ ਸਪੋਰਟ ਦੇਣ ਲਈ ਪੂਰਾ ਜੋ ਆਪਣੇ ਪ੍ਰਧਾਨ ਸਾਹਿਬ ਹੈ ਉਹਨਾਂ ਨੇ ਆਰਡਰ ਕੀਤੇ ਹੋਣਗੇ ਵੀ ਸਰ ਡੀ ਪੀ ਸਿੰਘ ਜੀ ਜੋ ਜੋ ਸਪੋਰਟ ਇਹਨਾਂ ਨੂੰ ਚਾਹੀਦੀ ਹੋਵੇ ਤੁਸੀਂ ਇਹ ਯਾਤਰਾ ਨੂੰ ਪੂਰੀ ਦੇਣੀ ਹੈ ਤੇ ਅਸੀਂ ਜੋ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਤੇ ਪ੍ਰਸਾਰ ਹੈ ਉਹ ਉੱਚ ਪੱਧਰ ਤੇ ਇਹਨੂੰ ਫੈਲਾਉਣਾ ਹੈ ਜਿਸ ਨਾਲ ਅਸੀਂ ਸੰਸਾਰ ਦੇ ਅੰਦਰ ਪੂਰੀ ਸ਼ਾਂਤੀ ਕਾਇਮ ਕਰ ਸਕੀਏ। ਇਸੇ ਲਈ ਜੋ ਸਿੰਧੀ ਸਮਾਜ ਹੈ ਜੋ ਹਜੂਰ ਸਾਹਿਬ ਦਾ ਦਾਸ ਨੇ ਆਪਣੇ 1 ਜੂਨ ਨੂੰ ਉਹਨਾਂ ਦੀ ਮੀਟਿੰਗ ਸੱਦੀ ਸੀ, ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਵਿੱਚ ਪਾਰਟੀਸਪੇਟ ਕੀਤਾ। ਜੋ ਤਖ਼ਤ ਸ੍ਰੀ ਹਜੂਰ ਸਾਹਿਬ ਜਦੋਂ ਇਹ ਯਾਤਰਾ ਪਹੁੰਚੀ
क्या उन्होंने कमाल की सेवा करने ली, तन मन धन पूरा सेवा की यात्रा की, कल पूरे सत्कार वाशम लई रवानगी की सिंधी समाज ने। इसे तरीके ਹਾਂਜੀ ਸੁਣਿਆ ਜਾ ਰਿਹਾ ਕਿ ਜੋ ਜੋ ਉਧਰ ਦੇ ਅਮਰਾਵਤੀ ਦੇ ਐਮਪੀ ਰਵਨੀਤ ਕੌਰ ਜੀ ਸੀਗੇ ਉਹ ਵੀ ਉਸ ਦੇ ਵਿੱਚ ਪਹੁੰਚੇ ਸੀਗੇ, ਉਹ ਵੀ ਮੌਜੂਦ ਰਹੇ ਸੀਗੇ ਅੱਜ। ਹਾਂਜੀ 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 ਬਿਲਕੁਲ, ਉਹਨਾਂ ਨੇ 9:30 ਜਦੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਪਾਲਕੀ ਸਾਹਿਬ ਦੇ ਨਾਲ ਰਹੇ, ਦਾਸ ਵੀ ਨਾਲ ਹੀ ਸੀ, ਆਪ ਜੀ ਨੇ ਫੋਟੋਆਂ ਵੇਖੀਆਂ, ਜੋ ਵੀਡੀਓ ਵੀ ਸੀ ਆਪ ਜੀ ਨੂੰ ਫਾਰਵਰਡ ਕੀਤੀ ਗਈ। ਬੜਾ ਅੱਛਾ ਮਤਲਬ ਲੱਗਾ, ਸੰਗਤਾਂ ਦੇ ਅੰਦਰ ਬਹੁਤ ਹੀ ਉਤਸ਼ਾਹ ਸੀ, ਖਾਸ ਕਰ ਸਿੰਧੀ ਸਮਾਜ ਜੋ ਸੀ ਉਹਨਾਂ ਨੇ ਵੀ ਵੱਧ ਚੜ ਕੇ, ਜਿਵੇਂ ਵਾਸ਼ਮ ਵੀ ਉਹਨਾਂ ਨੇ ਸੇਵਾ ਕੀਤੀ ਉਸੇ ਤਰੀਕੇ ਨਾਲ ਅਮਰਾਵਤੀ ਵੀ ਉਹਨਾਂ ਨੇ ਸੇਵਾ ਕੀਤੀ। ਇਸ ਤੋਂ ਉਪਰੰਤ ਜੋ ਉਹ ਆਪਣੇ ਉੱਥੋਂ 10:30 ਦੇ ਕਰੀਬ ਯਾਤਰਾ ਅਮਰਾਵਤੀ ਤੋਂ ਹੀ ਨਿਕਲੀ ਜੀ, ਤੇ ਇੱਥੇ ਵਾਸ਼ਮ ਜੋ ਹੈ 2:00 ਨਾ ਸੋਰੀ ਅਕੋਲਾ 2:00 ਪਹੁੰਚੀ। ਇੱਥੇ ਵੀ ਨਿੱਘਾ ਸਵਾਗਤ ਉਸ ਯਾਤਰਾ ਦਾ ਕੀਤਾ ਗਿਆ, ਜੋ ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰ ਸੀ ਪੂਰਾ ਕੀਰਤਨ ਦਾ ਪ੍ਰਬੰਧ ਕੀਤਾ ਹੋਇਆ ਸੀ, ਤੇ ਸੰਗਤਾਂ ਨੇ ਸਜੀਆਂ ਹੋਈਆਂ ਸੀ ਜਦੋਂ ਇਹ ਯਾਤਰਾ ਆਈ, ਤੇ ਇਹਦਾ ਨਿੱਘਾ ਸਵਾਗਤ ਕਰਦੇ ਹੋਏ 3:00 ਦੇ ਕਰੀਬ ਲੰਗਰ ਵੀ ਸੰਗਤਾਂ ਨੂੰ ਛਕਾਇਆ ਗਿਆ, ਪੰਜ ਪਿਆਰੇ ਸਾਹਿਬਾਨ ਦੀ ਪੂਰੀ ਸੇਵਾ ਕੀਤੀ ਗਈ। ਉਸ ਉਪਰੰਤ 4:00 ਦੇ ਕਰੀਬ ਇਹ ਜੋ ਯਾਤਰਾ ਹੈ ਇਹਨੂੰ ਆਪਣੇ ਖਾਮਗਾਮ ਨੂੰ ਰਵਾਨਗੀ ਕਰਦੇ ਹੋਏ ਇਹ ਰਾਤ ਨੂੰ ਬੁਰਹਾਨਪੁਰ ਹੈ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋ ਅਸਥਾਨ ਹੈ ਉੱਥੇ ਜਾ ਕੇ ਰਾਤ ਵਿਸ਼ਰਾਮ ਕਰੇਗੀ ਜੀ, ਤੇ ਰਸਤੇ 'ਚ ਮਲਕਾਪੁਰ ਵੀ ਕਵਰ ਕਰਦੀ ਹੋਈ ਰਾਤ ਨੂੰ ਕੋਈ 8:00 ਦੇ ਕਰੀਬ ਉੱਥੇ ਪਹੁੰਚੇਗੀ ਬੁਰਹਾਨਪੁਰ, ਤੇ ਕੱਲ ਖੰਡਵਾ ਲਈ ਇਹ ਰਵਾਨਗੀ ਹੋਏਗੀ। ਠੀਕ ਹੈ, ਇਸ ਤੋਂ ਇਲਾਵਾ ਜੋ ਪੂਰਾ ਪੰਜਾਬ ਕੀ ਹੈ, ਪੰਜਾਬ ਦੇ ਵੀ ਜੋ ਬਾਕੀ ਇਲਾਕਿਆਂ ਦੇ ਵਿੱਚ ਵੀ ਜਾਏਗੀ, ਉਹ ਦਿੱਲੀ ਔਰ ਪੰਜਾਬ ਦੇ ਵਿੱਚ ਆਏਗੀ ਜੀ, ਕਿਉਂਕਿ ਪੰਜਾਬ ਵਿੱਚ ਵੀ ਜਿਵੇਂ ਗੁਰਤਾ ਗੱਦੀ ਵੇਲੇ ਯਾਤਰਾ ਗਈ ਸੀ ਜਿਹਦਾ ਨਾਂ ਜਾਗ੍ਰਤੀ ਯਾਤਰਾ ਰੱਖਿਆ ਸੀ, ਉਸੇ ਤਰੀਕੇ ਨਾਲ ਪੂਰੇ ਵੱਡੇ ਸ਼ਹਿਰਾਂ ਵਿੱਚ ਹਾਂਜੀ ਪੂਰਾ ਭ੍ਰਮਣ ਕਰੇਗੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਉਪਦੇਸ਼ ਹੈ, ਇਸ ਕਰੋ ਨਾਮ ਜਪੋ ਵੰਡ ਕੇ ਛਕੋ, ਉਹ ਕੋਨੇ ਕੋਨੇ ਤੱਕ ਪਹੁੰਚਾਉਣ ਦਾ ਪੂਰਾ ਉਪਰਾਲਾ ਕਰੇਗੀ ਜੀ। ਔਰ ਵਾਪਸੀ ਜਿਹੜੀ ਹੈਗੀ ਇਹਦੀ ਸਮਾਪਤੀ ਜਿਹੜੀ ਬਿਦਰ ਸਾਹਿਬ ਦੇ ਵਿੱਚ ਹੋਏਗੀ, ਬਿਦਰ ਦੇ ਵਿੱਚ ਹੀ ਹੋਏਗੀ? ਹਾਂ, ਬਿਦਰ ਸਾਹਿਬ ਦੇ ਵਿੱਚ ਹੋਏਗੀ, ਤੇ ਉੱਥੇ ਉੱਚ ਪੱਧਰ ਤੇ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, 10, 11, 12 ਨਵੰਬਰ ਨੂੰ 2019 ਨੂੰ ਉੱਥੇ ਮਨਾਉਣਾ ਹੈ, ਉਹਦੇ ਵਿੱਚ ਸੰਗਤਾਂ ਨੂੰ ਇਹੀ ਦਾਸ ਦੀ ਦੋਹਾ ਜੋੜ ਬੇਨਤੀ ਹੈ ਕਿ ਵੱਧ ਚੜ ਕੇ ਹਾਜ਼ਰੀਆਂ ਲਗਾ ਲਈ, ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ ਆਓ, ਇੱਥੋਂ ਦਰਸ਼ਨ ਕਰਦੇ ਹੋਏ ਨਾਨਕ ਧੀਰਾ ਪਹੁੰਚੋ, ਤਾਂ ਜੋ ਦੋਨੋਂ ਅਸਥਾਨਾਂ ਦੀ ਆਪ ਆਸ਼ੀਰਵਾਦ ਸੰਗਤਾਂ ਲੈਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਹਦਾ ਕਾਰਨ ਇਹ ਹੈ, ਤਖਤ ਸਾਹਿਬ ਇੰਨੀ ਦੂਰ ਤੋਂ ਪੰਜਾਬ ਦੀ ਸੰਗਤ ਆਏਗੀ, ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਆਉਣ ਦੇ ਰਹਿਣ ਦੇ ਲੰਗਰ ਦੇ ਉੱਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਇੱਥੋਂ ਹੀ ਅੱਗੇ ਨਾਨਕ ਧੀਰਾ ਸੰਗਤਾਂ ਨੇ ਜਾਣਾ ਹੈ, ਤੇ ਇੱਥੋਂ ਵੀ ਉਹਨਾਂ ਲਈ ਉਪਰਾਲੇ ਕੀਤੇ ਗਏ ਹਨ। ਠੀਕ ਹੈ ਜੀ ਦਵਿੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਵੱਲੋਂ ਕੋਈ ਸੁਨੇਹਾ ਤੁਸੀਂ ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਦੇਣਾ ਚਾਹੋਗੇ? ਮੈਂ ਇੱਕ ਚੀਜ਼ ਐਡ ਕਰਨੀ ਚਾਹਾਂਗਾ, 8 ਜੂਨ ਤੋਂ ਆਪਣੇ ਦਿੱਲੀ ਲਈ ਜੋ 3rd ਫਲਾਈਟ ਹੈਗੀ ਹੈ ਸੈਟਰਡੇ ਲਈ, ਉਹ ਵੀ ਐਡ ਹੋਣ ਜਾ ਰਹੀ ਹੈ, ਜਿਹੜੀ ਕਿ ਇਸ ਚੀਜ਼ ਨੂੰ ਉਹਦਾ ਵੀ ਬੈਨੀਫਿਟ ਮਿਲੇਗਾ ਸੰਗਤਾਂ ਲਈ, ਕਿ ਜਿਹੜੇ ਕੋਈ ਆਪਣੇ ਸਾਹਿਬ ਐਗਜੀਕਿਊਟਿਵ ਹੈਗੇ ਹਨ, ਬਿਜ਼ਨਸਮੈਨ ਹਨ, ਜਿਹਨਾਂ ਕੋਲ ਕੋਈ ਟਾਈਮ ਦੀ ਸ਼ਾਰਟੇਜ ਰਹਿੰਦੀ ਹੈ, ਇਹ ਫਲਾਈਟ ਜਿਹੜੀ ਆ ਉਹਨਾਂ ਦਾ ਪ੍ਰਬੰਧ ਨਾਲ ਸਾਲਵ ਕਰ ਸਕਦੀ ਹੈ, ਕਿਉਂਕਿ ਸੰਡੇ ਦੀ ਛੁੱਟੀ ਆਉਂਦਾ ਵੀ ਲਾਭ ਅਸੀਂ ਇਸ ਫਲਾਈਟ ਦਾ ਲੈ ਸਕਦੇ ਹਾਂ। ਠੀਕ ਹੈ ਯਾਨੀ ਦਿੱਲੀ ਦੀ ਸੰਗਤਾਂ ਵਾਸਤੇ ਵੀ ਇੱਕ ਵਾਧੇ ਦੀ ਗੱਲ ਹੈਗੀ ਹੈ ਕਿ ਜੋ ਨਵੀਂ ਫਲਾਈਟ ਸਰਵਿਸ ਸ਼ੁਰੂ ਹੋ ਰਹੀ ਹੈ ਉਹਦੇ ਨਾਲ ਉਹ ਦਿੱਲੀ ਦੇ ਸੰਗਤਾਂ ਵਾਸਤੇ ਜੋ ਹਜ਼ੂਰ ਸਾਹਿਬ ਦੇ ਦਰਸ਼ਨ ਹੋਰ ਆਸਾਨ ਜਿਹੜੇ ਹੋ ਜਾਣਗੇ, ਔਰ ਹੋਰ ਜਲਦੀ ਤੋਂ ਜਲਦੀ ਆਪਣਾ ਸਮਾਂ ਘੱਟ ਸਮੇਂ ਦੇ ਵਿੱਚ ਉਹ ਦਰਸ਼ਨ ਦਿਤਾਰੇ ਕਰ ਸਕਣਗੇ। ਕੋਈ ਸੁਨੇਹਾ ਡੀਪੀ ਸਿੰਘ ਜੀ ਤੁਸੀਂ ਅਕਾਲ ਚੰਦ ਦੇਖ ਰਹੇ ਦਰਸ਼ਕਾਂ ਨੂੰ ਦੇਣਾ ਚਾਹੋ? ਯਾਰ ਮਹਾਰਾਜ ਕਿਰਪਾ ਕਰੇ, ਸਾਡਾ ਇਹ ਫਰਜ਼ ਬਣਦਾ ਹੈ ਕਿ ਵੀ ਅਸੀਂ ਸੰਗਤ ਲਈ ਵੱਧ ਤੋਂ ਵੱਧ ਤਨ ਮਨ ਧਨ ਨਾਲ ਸੇਵਾ ਇੱਥੇ ਜੀਆਂ, ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ ਕਰ ਸਕੀਏ, ਤਾਂ ਜੋ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਚਾਰ ਤੇ ਪ੍ਰਸਾਰ ਹੈ ਉਹਨੂੰ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾ ਸਕੀਏ। ਠੀਕ ਹੈ, ਤੇ ਮੈਂ ਸਾਡੇ ਆਪਣੇ ਚੈਨਲ ਦਾ, ਅਕਾਲ ਚੈਨਲ ਦਾ ਵੀ ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ, ਜੋ ਸਮੇਂ ਸਮੇਂ ਅਨੁਸਾਰ ਜੋ ਆਪ ਜੀ ਸੇਵਾਵਾਂ ਅਰਪਿਤ ਕਰਦੇ ਹੋ ਪ੍ਰਚਾਰ ਤੇ ਪ੍ਰਸਾਰ ਲਈ, ਉਹ ਵੀ ਬਹੁਤ ਸਰਾਹਨੀ ਯੋਗ ਹਨ, ਤੇ ਮਹਾਰਾਜ ਅੱਗੋਂ ਲਈ ਵੀ ਉਮੀਦ ਰੱਖਦਾ ਹਾਂ ਕਿ ਤਖਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਜਦੋਂ ਵੀ ਕੋਈ ਪ੍ਰੋਗਰਾਮ ਉਡੀਕੇ ਜਾਂਦੇ ਹਨ ਤੁਸੀਂ ਉਸ ਵਿੱਚ ਵੱਧ ਚੜ ਕੇ ਹਿੱਸਾ ਲਓਗੇ, ਤੇ ਜੋ ਮਹਾਰਾਜ ਦੇ ਇੱਥੋਂ ਦੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰਨ ਉਹ ਹਰ ਇੱਕ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੋਗੇ। ਇਹਨਾਂ ਸ਼ਬਦਾਂ ਨਾਲ ਦਾਸ ਵੱਲੋਂ ਫਿਰ ਧੰਨਵਾਦ ਹੈ ਅਕਾਲ ਚੈਨਲ ਦਾ। ਹੋਰ ਕੋਈ ਕੁਆਰੀਜ਼ ਹੈ ਜਾਂ ਕੋਈ ਕੁਐਸਚਨ ਹੈ
अकाल चैनल नू सब्सक्राइब करो, नवी वीडियोस दी नोटिफिकेशन दे लई बेल आइकन नू क्लिक करना ना भूलना। बोल।